ਵੱਡੀ ਖਬਰ ਆ ਰਹੀ ਹੈ, ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੋ ਚੁੱਕੀਆਂ ਨੇ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਖਾਸੀ ਚਿੰਤਾਯੋਗ ਹੈ। ਹੁਸ਼ਿਆਰਪੁਰ ਤੋਂ ਵੱਡੀ ਖਬਰ ਤੁਹਾਨੂੰ ਵਿਖਾ ਰਹੇ, ਸ਼ੱਕ ਤੋਂ ਲੁਟੇਰਿਆਂ ਨੇ ਪੈਸਿਆਂ ਦਾ ਬੈਗ ਲੁੱਟਿਆ ਹੈਗਾ ਅਤੇ 1,15,000 ਦੇ ਕਰੀਬ ਇਹ ਰਾਸ਼ੀ ਸੀ ਅਤੇ ਲੁਟੇਰਿਆਂ ਨੇ ਸ਼ਖਸ 'ਤੇ ਹਮਲਾ ਕਰੇ, ਬੈਗ ਲੁੱਟਿਆ ਹੈਗਾ। ਲੁੱਟ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਅਤੇ 1,15,000 ਦੇ ਲਗਭਗ ਇਹ ਰਕਮ ਦੱਸੀ ਜਾ ਰਹੀ ਹੈ। ਲੁਟੇਰਿਆਂ ਨੇ ਸ਼ਖਸ 'ਤੇ ਹਮਲਾ ਕੀਤਾ, ਫਿਰ ਬੈਗ ਲੈ ਕੇ ਮੌਕੇ ਤੋਂ ਫਰਾਰ ਹੁੰਦੇ ਨਜ਼ਰ ਆਏ। ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਤੀਜੀ ਚੌਥੀ ਵਾਰ ਇਸ ਤਰ੍ਹਾਂ ਦਾ ਵਾਕਿਆ ਸਾਹਮਣੇ ਆਇਆ ਜਦੋਂ ਲੁੱਟ ਦੀ ਵਾਰਦਾਤ ਸਰੇਆਮ ਅੰਜਾਮ ਦਿੱਤੀ ਗਈ ਹੋਵੇ, ਪਰ ਪੁਲਿਸ ਪ੍ਰਸ਼ਾਸਨ ਦੇ ਹੱਥ ਅਜੇ ਵੀ ਖਾਲੀ। ਸ਼ਖਸ ਤੋਂ ਲੁਟੇਰਿਆਂ ਨੇ ਪੈਸਿਆਂ ਦਾ ਬੈਗ ਖੋਇਆ ਘਰੋਂ। ਜਿਵੇਂ ਹੀ ਇਹ ਵਿਅਕਤੀ ਜਿਹੜਾ ਨਿਕਲਿਆ, ਵਪਾਰੀ ਦੱਸਿਆ ਜਾ ਰਿਹਾ, ਲੱਕੜ ਦਾ ਵਪਾਰੀ ਹੈ, ਘਰੋਂ ਜਿਵੇਂ ਹੀ ਬਾਹਰ ਨਿਕਲਿਆ ਪੈਸਿਆਂ ਦਾ ਬੈਗ ਇਹਦੇ ਹੱਥ 'ਚ ਸੀ ਅਤੇ ਉਸੇ ਵੇਲੇ ਲੁਟੇਰਿਆਂ ਵੱਲੋਂ ਪੈਸਿਆਂ ਦਾ ਬੈਗ ਖੋ ਕੇ ਮੌਕੇ ਤੋਂ ਫਰਾਰ ਹੋਣਾ ਹੀ ਉਹਨਾਂ ਨੇ ਮੁਨਾਸਿਬ ਸਮਝਿਆ। ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, 1,15,000 ਦੇ ਲਗਭਗ ਇਹ ਰਕਮ ਸੀ। ਲੁੱਟ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਨੇ, ਉਹ ਤਸਵੀਰਾਂ ਵੀ ਤੁਹਾਨੂੰ ਜਲਦ ਵਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਇਹ ਤਸਵੀਰਾਂ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਪੈਸੇ ਦਾ ਬੈਗ ਕਿਵੇਂ ਲੁੱਟਿਆ ਗਿਆ ਹੈ ਸਾਫ਼ ਤੌਰ 'ਤੇ ਤੁਸੀਂ ਵੇਖ ਸਕਦੇ ਹੋ। ਲੁਟੇਰੇ ਨੇ ਜਿਸ ਤਰ੍ਹਾਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਫ਼ ਤੌਰ 'ਤੇ ਤੁਸੀਂ ਦੇਖ ਸਕਦੇ ਹੋ। ਅਭਿਸ਼ੇਕ ਭਾਟੀਆ ਸਾਡੇ ਪੱਤਰਕਾਰ ਵੀ ਸਾਡੇ ਨਾਲ ਜੁੜੇ ਨੇ। ਅਭਿਸ਼ੇਕ, ਤਸਵੀਰਾਂ ਸੀਸੀਟੀਵੀ ਫੁਟੇਜ ਦੀਆਂ ਵਿਖਾ ਰਹੇ ਹਾਂ ਦਰਸ਼ਕਾਂ ਨੂੰ, ਤਸਵੀਰਾਂ ਸਮਝਾਉਣ ਦੀ ਕੋਸ਼ਿਸ਼ ਕਰੋ ਤੇ ਕਿਵੇਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੀ ਅਮਰ, ਤੁਹਾਨੂੰ ਦੱਸ ਦਈਏ, ਸਵੇਰ ਦੀ ਘਟਨਾ ਹੈਗੀ ਆ, 5 ਵਜੇ ਦੀ ਕਰੀਬ ਦੀ ਘਟਨਾ ਹੈਗੀ ਆ ਜਿਹੜੀ ਦੱਸੀ ਜਾ ਰਹੀ ਹੈਗੀ ਆ। ਜਿਹੜੇ ਆਪਣਾ ਲੱਕੜ ਵਪਾਰੀ ਹੈਗੇ ਆ, ਰੋਜ਼ਾਨਾ ਦੀ ਤਰ੍ਹਾਂ ਆਪਣੇ ਮੰਡੀ ਜਾ ਰਹੇ ਸੀਗੇ ਤੇ ਜਿਹੜੇ ਸਵੇਰ ਦੀ ਘਟਨਾ ਜਦੋਂ ਘਰ ਦੇ ਬਾਹਰ ਨਿਕਲਦੇ ਤੇ ਉਹਨਾਂ ਦੇ ਹੱਥ 'ਚ ਕੈਸ਼ਬੈਕ ਹੈਗਾ ਜਿਹਦੇ ਵਿੱਚ 3,15,000 ਦੇ ਕਰੀਬ ਜਿਹੜੀ ਅਮਾਊਂਟ ਦੱਸੀ ਜਾ ਰਹੀ ਆ ਉੱਥੇ ਲੈ ਕੇ ਜਾ ਰਹੇ ਸੀਗੇ। ਲੁਟੇਰੇ ਆਉਂਦੇ ਨੇ ਤੇ ਉਹ ਬੈਕ ਹੋ ਕੇ ਚਲ ਜਾਂਦੇ ਜੀ। ਉਸ ਤੋਂ ਬਾਅਦ ਜਿਹੜੀ ਆਪਣਾ ਗੱਲ ਕਰੀ ਜਾਈ ਵਾਰਦਾਤ ਦੀ ਕਰੀ ਜਾਈ, ਇਹ ਚੌਥੀ ਵਾਰਦਾਤ ਜਿਹੜੀ ਹੈਗੀ ਹੁਸ਼ਿਆਰਪੁਰ ਦੇ ਵਿੱਚ ਲਗਾਤਾਰ ਜਿਹੜੀ ਹੋ ਰਹੀ ਹੈ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਹੈਗੀ ਆ ਇਹਨੂੰ ਠੱਲ ਪਾਉਣ ਦੀ ਬਿਲਕੁਲ ਵੀ ਨਾਕਾਮ ਦਿਖ ਰਹੀ ਹੈਗੀ ਜੀ ਇੱਥੇ ਇਸ ਵਕਤ। ਅਭਿਸ਼ੇਕ, ਵਪਾਰੀ ਦਾ ਕੀ ਕਹਿਣਾ? ਜੀ ਦਾਦੀ, ਵਪਾਰੀ ਨਾਲ ਵੀ ਗੱਲ ਹੋਈ ਹੈ। ਵਪਾਰੀ ਦਾ ਕਹਿਣਾ ਹੈਗਾ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਜਿਹੜਾ ਹੈਗਾ ਲੱਕੜ ਵਪਾਰੀ ਹੈਗਾ ਇਹ ਕੰਮ ਜਾਂਦਾ ਹੈਗਾ, ਰੋਜ਼ ਸਵੇਰੇ 5 ਵਜੇ 6 ਵਜੇ 4 ਵਜੇ ਕਰੀਬ ਨਿਕਲਦਾ ਹੈਗਾ ਤੇ ਇਸ ਵਾਰ ਵੀ ਜਾ ਰਿਹਾ ਸੀਗਾ ਕਿ ਅਚਾਨਕ ਪਿੱਛੋਂ ਲੁਟੇਰੇ ਆਉਂਦੇ ਨੇ ਤੇ ਇਹਦਾ ਬੈਗ ਖੋ ਕੇ ਜਿਹ 'ਚ ਪਿਆ ਹੈਗਾ ਉਹ ਖੋ ਕੇ ਨਿਕਲ ਜਾਂਦੇ ਨੇ ਤੇ ਇਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਕਦਮ ਹੋਇਆ ਕੀ ਆ ਤੇ ਉੱਥੇ ਆਪਣਾ ਜਿਹੜੇ ਹੈਗੇ ਫਿਰ ਰੌਲਾ ਪੈਂਦਾ ਹੈ ਤੇ ਪੁਲਿਸ ਵਾਲਿਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਮੌਕੇ 'ਤੇ ਪਹੁੰਚਦੀ ਹੈ ਪੁਲਿਸ, ਪਰ ਲੁਟੇਰੇ ਜਿਹੜੇ ਹੈਗੇ ਇਹ ਤੱਕ ਕਾਬੂ 'ਚ ਨਹੀਂ ਆਏ ਹੈਗੇ ਜੀ। ਅਭਿਸ਼ੇਕ, ਦੂਜੇ ਪਾਸੇ ਅਹਿਮ ਚੀਜ਼ ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹ ਰਿਹਾ ਕਿ ਲੁਟੇਰਿਆਂ ਵੱਲੋਂ ਕਿਸੇ ਤਰੀਕੇ ਦਾ ਹਥਿਆਰ ਇੱਥੇ ਵਰਤਿਆ ਗਿਆ ਤੇ ਦੂਜੇ ਪਾਸੇ ਕਿਸ ਤਰ੍ਹਾਂ ਦੇ ਵਾਹਨ ਤੇ ਸਵਾਰ ਹੋ ਕੇ ਆਏ ਸੀ? ਜੀ ਤੁਹਾਨੂੰ ਦੱਸ ਦਈਏ, ਆਪਣਾ ਅਮਰ ਜਿਹੜੀ ਘਟਨਾ ਹੈਗੀ ਆ ਇਹ ਮੋਟਰਸਾਈਕਲ ਦੇ ਜਿਹੜੇ ਹੈਗੇ ਦੱਸੇ ਜਾ ਰਹੇ ਸੀਗੇ ਤੇ ਕਰੀਬ ਜਿਹੜਾ ਇਹ ਪਿੱਛੇ ਵੀ ਜਿਹੜਾ ਹੈਗਾ ਕਿ ਜਿਹੜੀ ਘਟਨਾ ਹੋਈ ਆ ਉਦੋਂ ਵੀ ਇਹ ਲੁਟੇਰਿਆਂ ਨੇ ਕੀਤੀ ਹੈਗੀ। ਥੋੜੇ ਦਿਨ ਪਹਿਲਾਂ ਤੁਹਾਨੂੰ ਦੱਸ ਦਈਏ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਜਵੈਲਰੀ ਦੀ ਜਿਹੜੀ ਸ਼ੋਪ ਲੁੱਟੀ ਗਈ ਸੀਗੀ, 8 ਜਿਹੜੇ ਮੁੰਡੇ ਸੀਗੇ ਉਹ ਵੱਲੋਂ ਆਉਂਦੇ, ਮਤਲਬ ਜੇ ਗੱਲ ਕਰੀਏ ਮਾਸਕ ਤੱਕ ਨਹੀਂ ਉਹਨਾਂ ਨੇ ਪਾਇਆ ਹੁੰਦਾ, ਇੰਨੀ ਜਿਹੜੀ ਖੌਫ ਹੈਗਾ ਬਿਨਾਂ ਤੋਂ ਆ ਕੇ ਗੋਲੀ ਦੀ ਵਾਰਦਾਤ, ਗੋਲੀਆਂ ਵੀ ਚਲਾਈ ਜਾਂਦੀਆਂ ਲੁੱਟ ਕੇ ਲੈ ਜਾਂਦੇ। ਇਹ ਵੀ ਘਟਨਾ ਉਸ ਤਰੀਕੇ ਨਾਲ ਦੇਖੀ ਜਾ ਰਹੀ ਹੈਗੀ ਆ ਕਿ ਜਿਹੜੀ ਇਹ ਘਟਨਾ ਹੋਈ ਆ ਸੇਮ ਉਸ ਤਰੀਕੇ ਨਾਲ ਕੀਤੀ ਗਈ ਆ ਕਿ ਰੇਕੀ ਵੀ ਪਹਿਲੇ ਕੀਤੀ ਗਈ ਆ, ਉਸ ਤੋਂ ਬਾਅਦ ਇਹ ਇਹਨਾਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਭਿਸ਼ੇਕ, ਇਹ ਚੌਥੀ ਘਟਨਾ ਤੁਸੀਂ ਦੱਸ ਰਹੇ ਹੋ ਤੇ ਪੁਲਿਸ ਦੇ ਹੱਥ ਖਾਲੀ ਕਿਉਂ ਨੇ ਅਜੇ ਤੱਕ? ਜੀ ਅਮਰ, ਅੰਦਾਜ਼ਮਾ ਪੁਲਿਸ ਅਜੇ ਸ਼ਹਿਰ ਦੇ ਵਿੱਚ ਜਿਹੜੀ ਅੰਦਾਜ਼ੀ, ਅੱਜ ਵੀ ਜਿਹੜੇ ਕੈਬਨਿਟ ਮੰਤਰੀ ਪੰਜਾਬ ਹੈਗੇ ਹੁਸ਼ਿਆਰਪੁਰ ਦੇ ਵਿੱਚ ਸੀਸੀਟੀਵੀ ਲਗਾਉਣ ਨੇੜੇ ਲਗਾਏ ਜਾ ਰਹੇ ਨੇ ਤੇ ਤੀਜੇ ਪੜਾਅ ਦੇ ਵਿੱਚ ਸੀਸੀਟੀਵੀ ਅੱਜ ਲੱਗ ਰਹੇ ਨੇ। ਉਹ ਸੀਸੀਟੀਵੀ ਤੁਸੀਂ ਆਪ ਦੇਖ ਸਕਦੇ ਹੋ, ਉਹ ਸਿਰਫ ਇੱਕ ਸਫੇਦ ਹਾਥੀ ਨਜ਼ਰ ਆ ਰਹੇ ਨੇ।
ਕਿਉਂਕਿ ਸੀਸੀਟੀਵੀ ਪੂਰੇ ਹੁਸ਼ਿਆਰਪੁਰ ਦੇ ਵਿੱਚ ਲੱਗਣ ਦੇ ਬਾਵਜੂਦ ਵੀ ਜਿਹੜੇ ਲੁਟੇਰੇ ਹੈਗੇ ਆ ਆਪਣੀ ਲੁੱਟ ਖੋਹ ਦੀਆਂ ਵਾਰਦਾਤਾਂ ਕਰ ਰਹੇ ਨੇ, ਗੋਲੀਆਂ ਚਲਾ ਰਹੇ ਨੇ ਲੋਕਾਂ ਦੀ ਦੁਕਾਨਾਂ ਦੇ ਬਾਹਰ ਜਾ ਕੇ, ਉਹ ਪਿਛਲੇ ਦਿਨ ਵਪਾਰੀ ਹੈਗੇ ਸ਼ਰਾਬ ਕਾਰੋਬਾਰੀ ਉਹਨਾਂ ਦੇ ਵੀ ਗੋਲੀਆਂ ਚਲਾਈਆਂ ਗਈਆਂ ਸੀਗੀਆਂ। ਇਹ ਜਿਹੜੀ ਘਟਨਾ ਹੈਗੀ ਆ ਕਿ ਛੋਟੀ ਘਟਨਾ ਨਹੀਂ ਹੈਗੀ, ਰੋਜ਼ਾਨਾ ਕੋਈ ਨਾ ਕੋਈ ਜਿਹੜੀ ਘਟਨਾ ਹੋ ਰਹੀਆਂ ਨੇ, ਜਿਹੜੇ ਮੰਤਰੀ ਸਾਹਿਬ ਹੈਗੇ ਸੀਸੀਟੀਵੀ ਲਵਾਉਣ ਚ ਵਿਵਸਥਾ, ਪਰ ਲੁਟੇਰੇ ਉਹਨਾਂ ਦੇ ਹੱਥ ਵਿੱਚ ਨਹੀਂ ਆ ਰਹੇ ਪੁਲਿਸ ਦੇ। ਅਭਿਸ਼ੇਕ ਮੈਂ ਤਸਵੀਰਾਂ ਸਮਝਾਉਣ ਦੀ ਗੱਲ ਕਰ ਰਿਹਾ ਸੀ, ਦੋ ਲੁਟੇਰੇ ਤਾਂ ਰੈਕੀ ਕਰਦੇ ਨਜ਼ਰ ਆ ਰਹੇ ਨੇ ਤੇ ਹੋ ਸਕਦਾ ਦੋ ਤੋਂ ਤਿੰਨ ਅੱਗੇ ਵੀ ਹੋਣੇ, ਜਿਹੜੇ ਮੋਟਰਸਾਈਕਲਾਂ ਨੂੰ ਸਟਾਰਟ ਕਰਕੇ ਆਪਣੇ ਸਾਥੀਆਂ ਨੂੰ ਉੱਥੋਂ ਲੈ ਕੇ ਭੱਜਦੇ ਨਜ਼ਰ ਆਏ। ਜੀ ਅਮਰ ਜੀ, ਬਾਕੀ ਗੱਲ ਹੈਗੀ ਜਿਹੜੀ ਇਹਨਾਂ ਨੇ ਪਹਿਲੇ ਰੇਕੀ ਕੀਤੀ ਆ, ਅੱਜ ਵੀ ਰੇਕੀ ਹੋਈ ਆ। ਇਹਦਾ ਉਹਨਾਂ ਦਾ ਕਹਿਣਾ ਹੈਗਾ ਕਿ ਕੁਝ ਦਿਨ ਪਹਿਲੇ ਵੀ ਜਿੱਦਾਂ ਉਹ ਘਰੋਂ ਸਵੇਰੇ ਨਿਕਲਦੇ ਕੋਈ ਮੋਟਰਸਾਈਕਲ ਵਾਲੇ ਸਾਡੇ ਪਿੱਛੇ ਲੱਗਦੇ ਨੇ, ਤੇ ਇਹ ਰੇਕੀ ਕਰਕੇ ਹੀ ਜਿਹੜੀ ਹੈਗੀ ਆ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਗੱਲ ਤੁਹਾਨੂੰ ਹੋਰ ਦੱਸ ਦਵਾਂ, ਪੁਲਿਸ ਨੇ ਇੱਕ ਸ਼ੱਕੀ ਜਿਹੜਾ ਵਿਅਕਤੀ ਹੈਗਾ ਉਹਨੂੰ ਵੀ ਆਪਣੇ ਹਿਰਾਸਤ 'ਚ ਲਿਆ ਹੈਗਾ, ਜਿੱਥੇ ਸ਼ੱਕ ਸੀਗਾ ਉੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ। ਵਪਾਰੀਆਂ 'ਚ ਖਾਸਾ ਰੋਸ ਹੋਣਾ ਕਿਉਂਕਿ ਵਪਾਰੀਆਂ 'ਤੇ ਹੀ ਸਾਫ਼ ਤੌਰ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ। ਪਹਿਲਾਂ ਜਵੈਲਰ 'ਤੇ ਇੱਕ ਹਮਲਾ ਹੋਇਆ, ਜਵੈਲਰੀ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਸ ਸਮੇਂ ਤੁਹਾਨੂੰ ਯਾਦ ਹੋਣਾ ਸ਼ਾਮ ਸੁੰਦਰ ਅਰੋੜਾ ਵੀ ਪਹੁੰਚੇ ਸਾਂ ਅਤੇ ਉਹਨਾਂ ਨੇ ਵੀ ਭਰੋਸਾ ਦਵਾਇਆ ਸੀ ਕਿ ਜਲਦ ਤੋਂ ਜਲਦ ਗ੍ਰਿਫਤਾਰੀ ਹੋਵੇਗੀ, ਪਰ ਉਸ ਭਰੋਸੇ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨੇ। ਜੀ ਅਮਰ, ਪੁਲਿਸ ਦੇ ਹੱਥ ਖਾਲੀ ਹੈ, ਦੱਸਦੀ ਹੈ ਸ਼ਰਾਬ ਕਾਰੋਬਾਰੀ ਦੇ ਹਮਲੇ ਤੋਂ ਬਾਅਦ ਉਹ ਪੁਲਿਸ ਮਾਮਲਾ ਟਰੇਸ ਕਰ ਲੈਂਦੀ ਆ, ਉਹ ਕਿਸੇ ਨਾ ਕਿਸੇ ਗੈਂਗਸਟਰ ਦੇ ਮਾਮਲਾ ਸਿੱਟ ਦਿੰਦੀ ਹੈ। ਜੇ ਇਸ ਗੱਲ ਦੀ ਗੱਲ ਕਰੀਏ, ਪਿਛਲੇ ਹਫ਼ਤੇ ਦੀ ਗੱਲ ਹੈਗੀ ਆ, ਜਵੈਲਰੀ ਦੁਕਾਨ 'ਤੇ ਲੁੱਟ ਹੁੰਦੀ ਆ ਤਾਂ ਦੱਸਦੀ ਹੈ ਕਰੋੜਾਂ ਦੇ ਵਿੱਚ ਜਿਹੜੀ ਹੈਗੀ ਜਵੈਲਰੀ ਲੁੱਟੀ ਗਈ ਹੈ, ਮਾੜੀ ਮੋਟੀ ਨਹੀਂ ਹੈਗੀ ਹੈ। 1 ਕਿਲੋ ਦੇ ਕਰੀਬ ਸੋਨਾ ਜਿਹੜਾ ਹੈਗਾ ਉਹ ਸਾਡੇ ਸੂਤਰਾਂ ਨੇ ਦੱਸਿਆ ਹੈਗਾ ਲੁੱਟ ਕੇ ਲੈ ਕੇ ਗਏ ਨੇ ਜਵੈਲਰ ਗੋਲੀਆਂ ਚਲਾ ਕੇ। ਇਹ ਵੀ ਘਟਨਾ ਜਿਹੜੀ ਅੱਜ ਸਵੇਰ ਦੀ ਹੋਈ ਹੈ, 5 ਵਜੇ ਤੜਕੇ ਦੀ ਘਟਨਾ ਹੈਗੀ ਆ, ਤੇ ਜਿਹੜਾ ਪੈਸੇ ਦੇ ਬੈਗ ਖੋਹ ਕੇ ਲੈ ਗਏ ਇਹ ਰੇਖੀ ਕੀਤੀ ਜਾ ਰਹੀ ਹੈ, ਔਰ ਜਿਹੜੇ ਪੁਲਿਸ ਪ੍ਰਸ਼ਾਸਨ ਹੈਗੇ ਲੁਟੇਰਿਆਂ ਨੂੰ ਫੜਨ ਦੇ ਵੀ ਨਾਕਾਮ ਦਿਖਾਈ ਦੇ ਰਹੇ ਹੁਸ਼ਿਆਰਪੁਰ ਦੇ ਵਿੱਚ। ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਅਭਿਸ਼ੇਕ ਭਾਟੀਆ ਸਾਡੇ ਪੱਤਰਕਾਰ ਹੁਸ਼ਿਆਰਪੁਰ ਤੋਂ ਜਾਣਕਾਰੀ ਦੇ ਰਹੇ ਸਨ ਤੇ ਫਿਲਹਾਲ ਲੁਟੇਰਿਆਂ ਨੇ ਕਿਵੇਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਤਸਵੀਰਾਂ 'ਚ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ, 5 ਵਜੇ ਤੜਕਸਾਰ ਵਪਾਰੀ ਬੈਗ ਲੈ ਕੇ ਨਿਕਲਦਾ ਹੈਗਾ, ਪੈਦਲ ਜਾਂਦਾ ਨਜ਼ਰ ਆ ਰਿਹਾ ਮੰਡੀ ਦੇ ਵੱਲ, ਅਤੇ ਉਸੇ ਸਮੇਂ ਲੁਟੇਰਿਆਂ ਨੇ ਰੈਕੀ ਕੀਤੀ ਹੋਈ ਸੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਹਾਦਰਪੁਰ ਚੌਂਕ ਦੇ ਨਾਲ ਗੋਪਾਲ ਗਲੀ 'ਚ ਆਉਂਦੇ ਆ, ਅੰਦਰ ਜਾਂਦੇ ਸਾਡੀ ਗੈਰੇਜ 'ਚ ਲੁੱਕ ਜਾਂਦੇ ਆ। 5:42 'ਤੇ ਜਦੋਂ ਮੇਰਾ ਛੋਟਾ ਭਰਾ ਘਰ ਤੋਂ ਬਾਹਰ ਨਿਕਲ ਕੇ ਗੈਰੇਜ 'ਚ ਆਉਂਦਾ ਆੜਤ 'ਤੇ ਜਾਣ ਵਾਸਤੇ, ਅਤੇ ਉਹ ਗੱਡੀ ਦੇ ਕੋਲ ਆ ਕੇ ਉਹਦੇ ਕੋਲ ਪੈਸਿਆਂ ਵਾਲਾ ਬੈਗ ਲੁੱਟ ਕੇ ਦੌੜ ਜਾਂਦੇ ਆ। ਦੋਨੋਂ ਮੁੰਡੇ, ਦੋਨਾਂ ਨੇ ਲੋਈਆਂ ਲਈਆਂ ਹੁੰਦੀਆਂ, ਮੁੱਲ ਭੇਟੇ ਹੁੰਦੇ ਆ। ਵੈਪਨ ਉਹਨਾਂ ਕੋਲ ਕੋਈ ਨਹੀਂ ਸੀਗਾ, ਉਹਨਾਂ ਨੇ ਮੁੱਕੇ ਨਾਲ ਉਹਦੇ ਮੱਥੇ ਦੇ ਅੱਖ ਦੇ ਕੋਲ ਵਾਰ ਕੀਤਾ। ਕਿੰਨੇ ਪੈਸੇ ਸੀਗੇ? ਪੈਸੇ ਉਹ ਸੀਗੇ ਜੀ 3.25 ਲੱਖ ਰੁਪਏ। ਇਹ ਤੁਸੀਂ ਰੂਟੀਨ 'ਚ ਹਰ ਰੋਜ਼ ਜਾਂਦੇ ਹੋ? ਸਰ ਰੋਜ਼ ਹੀ ਜਾਂਦੇ ਹਾਂ ਜੀ। ਲੱਗਦਾ ਕੋਈ ਰੈਕੀ ਕੀਤੀ ਗਈ ਤੁਹਾਡੀ? ਰੇਕੀ ਹੋਏਗੀ ਜੀ, ਤਾਂ ਹੀ ਆਪਣਾ ਬੰਦਾ ਜੀ ਜਿਹੜਾ ਪੈਸੇ ਵਾਲਾ ਬੈਗ ਲੈ ਗਿਆ ਲੁੱਟ ਕੇ, ਅਤੇ ਲੈਪਟਾਪ ਵਾਲਾ ਬੈਗ ਛੱਡ ਗਿਆ। ਲੈਪਟਾਪ ਵਾਲਾ ਬੈਗ ਜਿਹੜਾ ਮੋਢੇ 'ਤੇ ਪਾਇਆ ਸੀ ਉਹਨੂੰ ਨਹੀਂ ਲੈ ਕੇ ਗਏ, ਉਹ ਛੱਡ ਗਏ ਆ। ਪੁਲਿਸ ਨੂੰ ਤਲਾ ਦਿੱਤੀ? ਪੁਲਿਸ ਨੂੰ ਤਲਾ ਦਿੱਤੀ, ਪੁਲਿਸ ਉਸ ਵੇਲੇ ਆ ਗਈ ਸੀਗੀ ਜੀ। ਲਗਭਗ ਬਹੁਤ ਸਾਰੀਆਂ ਚੋਰੀਆਂ ਜਿਹੜੀਆਂ ਹੈਗੀਆਂ ਡਕੈਤੀਆਂ ਸ਼ਹਿਰ ਦੇ ਵਿੱਚ ਹੋ ਰਹੀਆਂ। ਹਾਂਜੀ ਹਾਂਜੀ। ਨਲੈਕੀ ਨਹੀਂ ਆ ਪੁਲਿਸ? ਨਲੈਕੀ ਕਹਿ ਸਕਦੇ ਜੀ, ਕੋਈ ਸਿਕਿਉਰਿਟੀ ਨਹੀਂ ਬਹਾਦਰਪੁਰ ਚੌਂਕ 'ਚ।